ਮੈਂ ਕਿਸਾਨ ਆਗੂ ਰੂਦਰ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਜੁਨੀਆਂ ਪੰਜਾਬ ਕੱਲ ਨੂੰ ਜਿਹੜੀ ਸੈਂਟਰ ਸਰਕਾਰ ਨਾਲ ਮੀਟਿੰਗ ਹੋਣ ਜਾ ਰਹੀ ਹੈ ਸਾਰੀਆਂ ਜਥੇਬੰਦੀਆਂ ਜਿਹੜਾ ਆंदोलਨ ਚੱਲ ਰਿਹਾ ਹੈ ਇਹਦੇ ਸਬੰਧ ਦੇ ਵਿੱਚ ਸਰਕਾਰ ਨੇ ਪਿਛਲੀ ਮੀਟਿੰਗ ਦੇ ਵਿੱਚ ਆਪ ਮਤਲਬ ਉਹ ਦੇ ਤਾਜੀ ਗਾ ਵੀ ਮੀਟਿੰਗ ਕਰਾਂਗੇ ਅੱਜ ਦੀ ਪਰ ਉਸ ਤੋਂ ਬਾਅਦ ਸਰਕਾਰ ਨੇ ਖਾਸੇ ਮਤਲਬ ਜੇ ਕਹਿ ਦਈਏ ਚੱਕਰਾਂ 'ਚ ਗੱਲ ਪਾਈ ਹੈ ਸਰਕਾਰ ਬੰਨੂ ਲਾਦਾ ਸਾਨੂੰ ਕੋਰਟ ਚ ਪਹੁੰਚ ਗਈ ਸਰਕਾਰ ਕੋਰਟ ਨੇ ਇੱਕ ਦਿਨ ਜ਼ਰੂਰ ਕਿਸਾਨਾਂ ਦੇ ਲੋਕਾਂ ਦੇ ਲੜਨ ਵਾਲੇ ਦਾ ਹੱਕ ਤੇ ਮਾੜੀ ਮੋਟੀ ਗੱਲ ਕਹੀ ਪਰ ਦੂਸਰੇ ਦਿਨ ਕੋਰਟ ਵੀ ਆਪ ਦਾ ਪਾਸਾ ਪਲਟ ਗਈ ਦੂਸਰੇ ਦਿਨ ਕੋਰਟ ਨੇ ਜਿਹੜੀ ਚੀਜ਼ ਨੂੰ ਅਸੀਂ ਚਾਹੁੰਦੇ ਨਹੀਂ ਤੇ ਉਹ ਦਿਨ ਦੇ ਜਿੱਦਰ ਦੀਆਂ ਸਾਡੀਆਂ ਸਰਕਾਰਾਂ ਨਾਲ ਮੀਟਿੰਗ ਚੱਲਦੀਆਂ ਨਹੀਂ ਗੀਆਂ ਸਰਕਾਰ ਸਾਨੂੰ ਉਹਨਾਂ ਮੀਟਿੰਗਾਂ 'ਚ ਕਹਿਣ ਲੱਗ ਗਈ ਦੀ ਮੈਂ ਇੱਕ ਗੱਲ ਚੇਤੇ ਕਰਾਉਣੀ ਆ ਨਾ ਜਿਹੜੀ ਦਿੱਲੀ ਤੋਂ ਸਾਡੇ ਇੱਕ ਦਿਨ ਮਤਲਬ ਜੇ ਕਹ ਜੀ ਪਹਿਲਾ ਮੀਟਿੰਗ ਹੋਈ ਸੀ ਇਹਨਾਂ ਤਿੰਨਾਂ ਮੰਤਰੀਆਂ ਦੇ ਨਾਲ ਉਦੋਂ ਵੀ ਸਰਕਾਰ ਨੇ ਸਾਡੇ ਕੋਲ ਇੱਕ ਪੇਸ਼ਕਸ਼ ਕੀਤੀ ਵੀ ਆਪਾਂ ਇੱਕ ਤਾਂ ਮੀਟਿੰਗ ਕਮੇਟੀ ਬਣਾ ਦਈਏ ਇੱਕ ਫੇਰ ਆਪਾਂ ਮਤਲਬ ਥੋੜਾ ਸਾਫ਼ ਕਰਕੇ ਵੀ ਉਸ ਰੇਲਾਂ ਦਾ ਚੱਲਣ ਚੋਲਣ ਦਾ ਸੀਗਾ ਉਦੋਂ ਵੀ ਸਾਡੀ ਇਸ ਗੱਲ ਤੇ ਸਹਿਮਤੀ ਨਹੀਂ ਹੋਈ ਅਸੀਂ ਨਾ ਕਰਕੇ ਗਏ ਵੀ ਅਸੀਂ ਕੋਈ ਕਮੇਟੀ ਨਹੀਂ ਬਣਾਉਣੀ ਨਾ ਕੁਝ ਨਹੀਂ ਕਰਨਾ ਚਲੇ ਗਿਆਂਗੇ ਉਦੋਂ ਬਾਅਦ ਸਾਰੇ ਭਾਰਤ ਦੇ ਲੋਕ ਪੰਜਾਬ ਦੇ ਲੋਕ ਦਿੱਲੀ ਦੀਆਂ ਦਰਾਂ ਤੇ ਪਹੁੰਚ ਗਏ ਫੇਰ ਸਰਕਾਰ ਨਾਲ ਸੰਦਲ ਮੀਟਿੰਗਾਂ ਸ਼ੁਰੂ ਹੋਈਆਂ ਸਾਰੀਆਂ ਮੀਟਿੰਗਾਂ ਦੇ ਵਿੱਚ ਕਮੇਟੀ ਦੀ ਗੱਲ ਵੀ ਚੱਲਦੀ ਰਹੀ ਅਸੀਂ ਤਿੰਨੇ ਆਪਣੇ ਕਾਨੂੰਨਾਂ ਤੇ ਅੜੇ ਰਹੇ ਸੀ ਉਹ ਤੇ ਗੱਲ ਚੱਲਦੀ ਰਹੀ ਪਰ ਅਖੀਰ ਤੇ ਜਦੋਂ ਆ ਪਿਛਲੀ ਮੀਟਿੰਗ ਹੋਈ ਆ ਗੱਲ ਸਾਲਾਂ ਬਚਾਲੇ ਆੜ ਗਈ ਸਰਕਾਰ ਨੇ ਦੁਬਾਰੇ ਮੀਟਿੰਗ ਰੱਖ ਲਈ ਵੀ 15 ਤਰੀਕ ਨੂੰ ਮੀਟਿੰਗ ਕਰਾਂਗੇ ਉਦੋਂ ਸਰਕਾਰ ਕੰਨੀਓ ਪਹਿਲਾ ਬੰਦਾ ਕੋਰਟ ਚ ਤੁਰ ਗਿਆ ਕੋਰਟ ਨੇ ਸਾਡੇ ਬਿਨਾ ਪੁੱਛੇ ਸਾਰੇ ਕੁਝ ਕਰੇ ਕੋਈ ਅਸੀਂ ਉੱਥੇ ਵਕੀਲ ਨਹੀਂ ਕਰਿਆ ਕੋਈ ਅਪੀਲ ਨਹੀਂ ਕਰੀ ਵੀ ਕਮੇਟੀ ਬਣਾਈ ਜਾਵੇ ਤਾਂ ਚਾਰ ਮੈਂਬਰੀ ਇੱਕ ਕਮੇਟੀ ਬਣਾਤੀ ਮੇਰੀ ਸਮਝ ਮੁਤਾਬਕ ਜਿਹੜੀ ਉਹ ਚਾਰ ਮੈਂਬਰੀ ਕਮੇਟੀ ਹੈ ਉਹ ਚਾਰੇ ਬੰਦੇ ਪਹਿਲੇ ਕਿਸਾਨ ਵਿਰੋਧੀ ਨੇ ਕਿਉਂ ਉਹਨਾਂ ਦੇ ਵੱਡੇ ਵੱਡੇ ਲੇਖ ਲੱਗੇ ਨੇ ਵੀ ਇਹ ਜਿਹੜੇ ਤਿੰਨੇ ਕਾਨੂੰਨ ਬਣਾਏ ਨੇ ਇਹ મતਲਬ ਜੇ ਕਹਿ ਦਈਏ ਕਿਸਾਨਾਂ ਦੇ ਪੱਖ 'ਚ ਨਹੀਂਗੇ ਅਸੀਂ ਉਹਦੇ ਦੇ ਕਹਿੰਦੇ ਵੀ ਕਿਸਾਨਾਂ ਦੇ ਪੱਖ 'ਚ ਨਹੀਂ ਪਰ ਕਮੇਟੀ ਸਾਡੇ ਸਾਰੇ ਲੀਡਰਸ਼ਿਪ ਨੇ ਉਹ ਟਕਰਾਤੀ ਵੀ ਅਸੀਂ ਕਮੇਟੀ ਕੋਈ ਮੰਨਾਂਗੇ ਦੂਸਰੀ ਅਸੀਂ ਕੋਈ ਸਰਕਾਰ ਤੋਂ ਸਟੇ ਲੈਣ ਨਹੀਂ ਗਏ ਆਪਾਂ ਤਾਂ ਕੋਰਟ ਤੋਂ ਸਟੇ ਨਹੀਂ ਲੈਣਗੇ ਕੋਈ ਸੀ ਵਕੀਲ ਨਹੀਂ ਕਰਿਆ ਵੀ ਸਾਨੂੰ ਸਟੇ ਦਿੱਤੀ ਜਾਵੇ ਦੀ ਤਾਂ ਆਪਦੇ ਆਪ ਕੋਰਟ ਨੇ ਉਹਦੀ ਸਟੇਜ ਦਿੱਤੀ ਅਸੀਂ ਸਟੇ ਨੂੰ ਵੀ ਨਹੀਂ ਠੀਕ ਸਮਝਦੇ ਚਲੋ ਇਹ ਇੱਧਰ ਨੂੰ ਸਰਕਾਰ ਜਦੋਂ ਡੁੱਬਦੀ ਹੁੰਦੀ ਆ ਕੋਈ ਬੰਦਾ ਉਦੋਂ ਹੱਥ ਪੈਰ ਮਾਰਦਾ ਵੀ ਪੰਨੀ ਨੂੰ ਹੱਥ ਪੈ ਜੇ ਸਰਕਾਰ ਦਾ ਇਹ ਹਾਲਾ ਹੋਆ ਤਾਂ ਹੋਰ ਹੈਗਾ ਇਹ ਗੱਲ ਹੈਗੀ ਹੁਣ ਚਾਰਾਂ ਬੰਦਿਆਂ ਜਿਹੜੇ ਪੰਨ ਮੈਂ ਇੱਕ ਵਾਰ ਜਮਾ ਉਹਦੀ ਸੌਂਦਾ ਵੀ ਜਮਾ ਖਾਸ ਕਰਕੇ ਜਿਆ ਭਵਿੰਦਰ ਸਿੰਘ ਮਾਨ ਇੱਧਰ ਪਾਇਆ ਹੈਗਾ ਉਹ ਸਾਡਾ ਹੀ ਲੀਡਰ ਸੀ ਜੀ ਅਸੀਂ ਕਹਿ ਦਿੱਈਏ ਜੇ ਉਹ ਸਾਡੇ ਹੱਕ ਚ ਬੋਲਣਾ ਲੀਡਰ ਹੁੰਦਾ ਤਾਂ ਅਸੀਂ ਉਹਨੂੰ ਕਿਉਂ ਪ੍ਰਧਾਨਗੀ ਤੋਂ ਹਟਾਉਂਦੇ ਤੇ ਲਖਵਾਲ ਨੂੰ ਕਿਉਂ ਪ੍ਰਧਾਨ ਬਣਾਉਂਦੇ ਉਦੋਂ ਵੀ ਅਸੀਂ ਸਾਰਾ ਕੁਝ ਦੇਖ ਲਿਆ ਤੀਗਾ ਵੀ ਇੰਨਾ ਬੰਦਿਆਂ ਨੇ ਸਰਕਾਰ ਨਾਲ ਸੌਦੇਵਾਜੇ ਕਰਨੇ ਕਰੀ ਵੀ ਐ ਜੇ ਮੇਰੀ ਕਿਸੇ ਗੱਲ 'ਚ ਫਰਕ ਹੋਵੇ ਤਾਂ ਮੈਂ ਮੇਰੇ ਨਾਲ ਕੋਈ ਗੱਲ ਕਰ ਲੇ ਉਦੋਂ ਬਾਅ ਕਹਿੰਦੇ ਆ ਜਥੇਬੰਦੀ 'ਚ ਫੋਟੋ ਪਾਈ ਤੇ ਰਾ ਸਭਾ ਦਾ ਮੈਂਬਰ ਬਣਿਆ ਇਸ ਕਰਕੇ ਵੀ ਉਹੀ ਬੰਦਾ ਫੇਰ ਕਮੇਟੀ ਦੇ ਵਿੱਚ ਪਾਤਾ ਅਸੀਂ ਬਾਅ ਕਹਦੇ ਮੇਰਾ ਖਾਲਾ ਖਾਸਾ ਮਟੀਰੀਅਲ ਦਿਖਾ ਸਕਦੇ ਆ ਜਿਹੜਾ ਸਰਕਾਰ ਪੱਖੀ ਉਹ ਕਿਤੇ ਵੀ ਉਹਨੇ ਮੀਟਿੰਗਾਂ ਕਰੀਆਂ ਕੁਝ ਵੀ ਕਰਿਆ ਉਹ ਸਾਰਾ ਕੁਝ ਸਾਡੇ ਕੋਲ ਹੈਗਾ ਦਿਖਾ ਸਕਦੇ ਆਂਗੇ ਵੀ ਇਸ ਕਰਕੇ ਉਹ ਕਮੇਟੀ ਠੇਕ ਰਾਈ ਐ ਅਸੀਂ ਅਸੀਂ ਇਸਤੇ ਲਈ ਇਹ ਨਹੀਂ ਕੋਈ ਸਤਕਾਰ ਜਗੋ ਅਸੀਂ ਅਦਾਲਤ ਨੂੰ ਕਹਿੰਦੇ ਆ ਚਲੋ ਮੰਨੋ ਮ리로 ਚਲੋ ਅਸੀਂ ਆਪਣੀ ਲੜਾਈ ਨੂੰ ਜਾਰੀ ਰੱਖਾਂਗੇ ਅਗਲੀ ਗੱਲ ਮੈਂ ਸਾਰੇ ਭਾਰਤ ਦੇ ਨੌਜਵਾਨਾਂ ਨੂੰ ਖਾਸ ਅਪੀਲ ਕਰਨੀ ਚਾਹੁੰਦਾ ਛੋਡੇ ਜਜਵੇ ਨੂੰ ਛੋਡੇ ਸੰਘਰਸ਼ ਨੂੰ ਤੇ ਛੋਡੇ ਹਿੰਮਤ ਨੂੰ ਮੈਂ ਮੇਰੇ ਕੰਨੀਓ ਸੋਨੂੰ ਮੈਂ ਸਲਾਮ ਕਰਦਾ ਵਧਾਈ ਦਿੰਦਾ ਜਿਹੜਾ ਤੁਸੀਂ ਆਪ ਦੇ ਆਪ ਇੰਨੀ ਵੱਡੀ ਜਿਹੀ ਤਿਆਰੀ ਕਰ ਰਹੇ ਹੋ ਟਰੈਕਟਰ ਤਿਆਰ ਕਰਾ ਰਹੇ ਹੋ ਤਾਂ ਠੀਕ ਹੈ ਜਦੋਂ ਕੋਈ جنگ ਲੱਗਦੀ ਹੁੰਦੀ ਆ ਖਰਕ ਬੰਦਾ ਚਾਹੁੰਦਾ ਵੀ ਮੇਰੇ ਕੋਲੇ ਆਪਦਾ ਹਥਿਆਰ ਮਜ਼ਬੂਤ ਹੋਵੇ ਮਜ਼ਬੂਤ ਹਥਿਆਰ ਜ਼ਰੂਰ ਹੈ ਉਹ ਚਾਹੇ ਸਾਡੀ ਭਾਰਤੀ ਸਰਕਾਰ ਹੋਵੇ ਇਹ ਡਿਫੈਂਸ ਤੇ ਕਰੋੜਾਂ ਅਰਬਾਂ ਰੁਪਇਆ ਖਰਚ ਕਰਦੀ ਹੈ ਵੀ ਦੂਜੇ ਦੇਸ਼ਾਂ ਦੇ ਨਾਲ ਲੜਾਈ ਨਾ ਲੱਗ ਜੇ ਆ ਨਾ ਹੋ ਜੇ ਪਰ ਜੇ ਸਾਡੇ ਨੌਜਵਾਨਾਂ ਨੇ ਸੋਚ ਲਿਆ ਵੀ ਅਸੀਂ ਆਪਦੇ ਟਰੈਕਟਰ ਮਜ਼ਬੂਤ ਬਣਾ ਲਈਏ ਤਾਂ ਸਰਕਾਰ ਦੀ ਖਾਸੀ ਨੁਕਤਾਚੀ ਨਹੀਂ ਲੱਗੀ ਆ ਕਰਨ ਸਰਕਾਰ ਦਾ ਮੀਡੀਆ ਜਿਹੜਾ ਕਹਿੰਦੇ ਮੋਦੀ ਮੀਡੀਆ ਉਹ ਨੁਕਤਾਚੀ ਨਹੀਂ ਕਰਨ ਲੱਗਿਆਗਾ ਪਰ ਜੇ ਸਾਡੇ ਨੌਜਵਾਨਾਂ ਨੇ ਆਪਦਾ ਜ਼ਮੀਨ ਬਚਾਉਣ ਵਾਸਤੇ ਅਸੀਂ ਜ਼ਮੀਨ ਬਾਤ ਸਾਡਾ ਇੱਕ ਇਤਿਹਾਸ ਹੈ ਜ਼ਮੀਨ ਕੰਨੀ ਬਿਲਕੁਲ ਵੀ ਨਹੀਂ ਕਿਸੇ ਨੂੰ ਅਨਾਜ ਉਗ ਕਰ ਦਿੱਤੀ ਆ ਨਾ ਕਾਰਨ ਦੇਣੀ ਹੈ ਤਾਂ ਜਦੋਂ ਵੀ ਕਿਸੇ ਨੇ ਕਰੀ ਆ ਤਾਂ ਉੱਥੇ ਸਾਡਾ ਵੱਡਾ ਸੰਘਰਸ਼ ਛੜਿਆ ਤਾਂ ਨੌਜਵਾਨੋਂ ਬੇਨਤੀ ਕਰਦਾ ਤਿਆਰੀ ਸਾਰੇ ਕੰਮ ਦੀ ਕਰੋ ਵਧਾਈ ਦਿਨ ਇਸ ਗੱਲ ਦੀ ਪਰ ਮੇਰੀ ਬੇਨਤੀ ਇੱਕ ਹੈ ਜਿੰਨਾ ਚੱਕਰ ਜਰਨੈਲ ਹੁਕਮ ਨਾ ਕਰੇ ਲੜਾਈ ਕਿਹੜੀ ਕਰਨੀ ਹੈ ਲੜਾਈ ਕਦੋਂ ਸ਼ੁਰੂ ਕਰਨੀ ਹੈ ਕਿਹੜੇ ਤਰੀਕੇ ਦੀ ਕਰਨੀ ਹੈ ਜੇ ਤਾਂ ਹੁਣ ਤੁਸੀਂ ਆਪਦੇ ਜਰਨੈਲਾਂ ਦੇ ਆਪਦੇ ਲੀਡਰਾਂ ਦੇ ਆਖੇ ਚ ਰਹੋਗੇ ਫੇਰ ਤਾਂ ਆਪਾਂ ਇਹ ਜੰਗ ਜਾਵਾਂਗੇ ਜਿੱਤ ਜੇ ਕਿਸੇ ਦੇ ਭੜਕਾਊ ਗੱਲ ਕਰਕੇ ਬਾਗੀ ਹੋਣਾ ਉਹ ਮੇਰੀ ਸਮਝ ਮੁਤਾਬਕ ਜੰਗ ਨੂੰ ੱਟਕਾ ਲੱਗ ਜਾਂਦਾ ਅਸੀਂ ਜੇ ਕਹੀਏ ਸਾਰੇ ਘੱਟੋ ਘੱਟ ਪੰਜਾਬੀ ਕਿਸਾਨ ਅਸੀਂ ਸਿੱਖ ਧਰਮ ਨਾਲ ਜੁੜਿਆ ਜਦੋਂ ਗੁਰੂ ਕੇ ਦਿੱਲੀ ਦੇ ਵਿੱਚ ਆਏ ਨੇ ਨੌਵੇਂ ਪਾਤਸ਼ਾਹ ਦਾ ਮਰਦ ਜੇ ਕਹੀਏ ਸ਼ਹੀਦੀ ਹੋਈ ਹੈ ਨੌਵੇਂ ਪਾਤਸ਼ਾਹ ਦੇ ਨਾਲ ਵੀ ਉਹਦੇ ਸਾਥੀ ਕੁਝ ਬੰਦੇ ਹੋਰ ਨਾਲ ਆਏ ਸੀਗੇ ਜਿਹੜੇ ਤਤੀ ਤਵੀ ਚ ਜੜਾ ਬਹਾਏ ਗਏ ਮਤਲਬ ਤੀਕ ਚ ਵਾਲੇ ਗਏ ਆਰੇ ਨਾਲ ਚੀਰੇ ਗਏ ਵਰਤ ਚਾਰਖੀਆਂ ਚੜਾਏ ਗਏ ਉਹਨਾਂ ਨੇ ਵੀ ਜਿਹੜੀ ਨੌਜਵਾਨਾਂ ਸੋਡਾ ਜਜ਼ਬਾ ਹੈ ਉਹਨਾਂ ਨੇ ਵੀ ਕਿਹਾ ਸੀ ਵੀ ਗੁਰੂ ਜੀ ਹੁਕਮ ਦਿਓ ਦਿੱਲੀ ਦੀ ਇਟ ਇਟਨ ਟ ਖੜਕਾ ਦਾਨਿਆ ਮੇਰਾ ਖਿਆਲ ਆ ਸੋਡਾ ਉਹਨਾਂ ਸਾਡੇ ਗੁਰੂਆਂ ਵਾਲਾ ਹੀ ਜਜ਼ਬਾ ਹੈ ਸੋਡੇ ਵੀ ਹੈਗਾ ਵੀ ਦਿੱਲੀ ਨੇ ਸਾਡੇ ਤੇ ਬਹੁਤ ਮਾਰਾਂ ਪਾਈਆਂ ਇਹਦੀ ਇਟਨਾ ਟ ਖੜਕਾਈ ਜਾਵੇ ਨਹੀਂ ਉਦੋਂ ਗੁਰੂ ਕਹਿੰਦੇ ਸਾਡੇ ਨੇ ਕੀ ਕਿਹਾ ਵੀ ਪਾਣਾ ਮੰਨੋ ਮੈਂ ਬੇਨਤੀ ਕਰਦਾ ਅੱਜ ਇਹੋ ਹੀ ਦਿਨ ਹੈ ਆਪਾਂ ਜਰੂਰ ਲੜਾਈ ਜਰੂਰ ਲੜਨੀ ਹੈ ਪਰ ਬਾਣਾ ਮੰਨਣਾ ਹੈ ਬਾਣਾ ਮੰਨ ਕੇ ਚੱਲਣਾ ਹੈ ਹਾਂ ਜਿੱਦੇ ਲੜਨਾ ਹੋ ਗਿਆ ਤੇ ਜ਼ਰੂਰ ਹੋ ਗਿਆ ਵੀ ਸਰਕਾਰ ਜਮਾ ਬਾਗੀ ਹੋ ਗਈ ਉੱਤੇ ਬਾਕੇ ਜੇ ਸਾਨੂੰ ਤਿਆਰ ਕਰਾਂਗੇ ਮੁਰੇ ਲੀਡਰ ਹੋਣਗੇ ਸਾਰਾ ਕੁਝ ਹੋਊਗਾ ਕਰਾਂਗੇ ਪਰ ਅੱਜ ਜਿਹੜੀ 26 ਤਰੀਕ ਆ ਰਹੀ ਹੈ ਇਹਨੂੰ ਜੇ ਅਸੀਂ ਬਰੇ ਤਰੀਕੇ ਨਾਲ ਸਾਜਣਾ ਸਰਕਾਰ ਤੇ ਪੂਰਾ ਸਾਡਾ ਦਰਵਾਜ਼ਾ ਰਹਿਣਾ ਚਾਹੀਦਾ ਤੇ ਜੇ ਇਹਨੂੰ ਅਸੀਂ ਸਹੀ ਤਰੀਕੇ ਨਾਲ ਅੰਦੋਲਨ ਨੂੰ ਗਾਹਾਂ ਵਧਾ ਜਾਣੇ ਆ ਤਾਂ ਲਾਜ਼ਮੀ ਐ ਅਸੀਂ ਜੰਗ ਜਿੱਤਾਂਗੇ ਪਰ ਹਮੇਸ਼ਾ ਬਾਅਦ ਤੇ ਜੰਗ ਲੜਾਈਆਂ ਇਸੇ ਕਰਕੇ ਜਿੱਤੀਆਂ ਜਾਂਦੀਆਂ ਜੇ ਅਸੀਂ ਸਾਡਾ ਮਗਰ 라 ਇਤਿਹਾਸ ਫਰੋੜੀਏ ਚਾਚਾ ਜੀਤ ਸਿੰਘ ਨੇ ਉਦੋਂ ਵੀ ਅੰਗਰੇਜ਼ ਸਰਕਾਰ ਨੇ ਦੋ ਕਾਨੂੰਨ ਬਣਾ ਤਿੰਨ ਕਾਨੂੰਨ ਬਣਾਏ ਸੀ ਕਿਸਾਨ ਵਿਰੋਧੀ ਉਦੋਂ ਚਾਚਾ ਜੀਤ ਸਿੰਘ ਨੇ ਇਹ ਲੜਾਈ ਛੇੜੀ ਉਹ ਸੰਘਰਸ਼ 9 ਮਹੀਨੇ ਚੱਲਿਆ ਮੈਂ ਖਾਸ ਕਰਕੇ ਨੌਜਵਾਨੋਂ ਇਹ ਗੱਲ ਸੁਣੀ ਸਾ ਆਪਣਾ ਸੰਘਰਸ਼ ਇਹ ਚੌਥੇ ਮਹੀਨੇ ਚ ਆਇਆ ਪੰਜਾਬ ਤੋਂ ਲਾ ਲਈ ਤੇ ਜੇ ਕੱਲੇ ਦਿੱਲੀ ਦੀ ਲਾ ਲਈ ਤਾਂ 2 ਮਹੀਨੇ ਤਾਂ ਜੇ ਅਸੀਂ 9 ਮਹੀਨੇ ਵੀ ਦਿੱਲੀ ਲਾਈਏ ਤਾਂ ਵੀ ਹਜੇ 2 ਮਹੀਨੇ ਕੱਢੋ ਤਾਂ ਸਾਡੇ 5 ਮਹੀਨੇ ਮਗਰ ਰਹੀਏ 7 ਮਹੀਨਿਆਂ ਵਾਂਗੂ ਫੇ ਸਾਡੀ ਗੱਲ ਪਈ ਆ ਤੁਸੀਂ 7 ਮਹੀਨਿਆਂ ਦਾ ਸਬਰ ਕਰੋ ਜੇ ਸਰਕਾਰ 7 ਮਹੀਨਿਆਂ ਚ ਨਾ ਮੰਨੀ ਨਾ ਉਹਨੇ ਮਤਲਬ ਕੋਈ ਜੂ ਕੰਨ ਤੇ ਸਰਕੀ ਜਿਹੜਾ ਕੁਝ ਤੁਹਾਡੇ ਮਨਾਂ ਦੇ ਵਿੱਚ ਆ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆ ਇਹ ਲੀਡਰਾਂ ਦੇ ਤੁਹਾਡੇ ਨੂੰ ਪਹਿਲਾ ਦਿਮਾਗ ਦੇ ਵਿੱਚ ਆ ਬਰਾ ਜੀ ਕਰਦਾ ਫੇਰ ਸੈਂਤ ਆਪਾਂ ਇਸ ਕਾਰਵਾਈ ਤੋਂ ਉਤਰ ਆਵਾਂਗੇ ਪਰ ਅਸੀਂ ਫੇਰ ਉੱਧੇ ਕਹਾਂਗੇ ਨਾ ਵੀ ਸਾਡਾ ਚਾਚਾ ਜੀ ਸਿੰਘ ਨੇ 9 ਮਹੀਨੇ ਮਤਲੇ ਦੋਲਣ ਲੜਿਆ ਤੇ ਉਸ ਸਰ ਉਸ ਸਰਕਾਰ ਤਾਂ ਮੰਨ ਗਈ ਜਿਹੜੀ ਸਾਡੀ ਆਪਦੀ ਸਰਕਾਰ ਸਾਡੀਆਂ ਵੋਟਾਂ ਨਾਲ ਚੁਣੀ ਹੋਈ ਐ ਇਹ ਮੰਨ ਨਹੀਂ ਰਹੀ ਤੇ ਫੇਰ ਤਾਂ ਸਾਨੂੰ ਸਾਡੇ ਗੁਰੂ ਕਾ ਨੇ ਕਿਹਾ ਬਾਣਾ ਮੰਨੋ ਅਸੀਂ 9 ਮਹੀਨੇ ਬਹਿ ਕੇ ਗੁਰੂ ਕਾਂ ਦੇ ਮੰਗੂ ਅਸੀਂ ਬਾਣਾ ਮੰਨਿਆ ਇਹ ਸਰਕਾਰ ਫੇਰ ਨਾ ਮੰਨੀ ਫਿਰ ਉਤਰਾਂਗੇ ਮੇਰੇ ਆਪ ਦੇ ਦਿਮਾਗ ਦਾ ਚਿੰਤਾ ਨਾ ਕਰੋ ਬਿਲਕੁਲ ਖਾਲੀ ਹੱਥ ਕਰੇ ਨਹੀਂ ਮੁੜਾਂਗੇ ਅਸੀਂ ਵਾਦਾ ਕਰਿਆ ਤੁਹਾਡੇ ਨਾਲ ਇਥੋਂ ਮਤਲਬ ਜਿਹੜੇ ਕਿਸਾਨ ਲੀਡਰ ਨੇ ਆ ਸਕਦੀਆਂ ਨੇਗੀਆਂ ਆਪਦੀਆਂ ਮੰਗਾਂ ਬਣਾਏ ਮੈਨੂੰ ਸਰਕਾਰ ਡਰੀ ਹੈ ਡਰੀ ਕੀ ਤੇ ਸਾਥੋਂ ਲੀਡਰਾਂ ਤੋਂ ਨਹੀਂ ਡਰੀ ਜਿਹੜੇ ਭਾਰਤ ਦੇ ਲੋਕ ਨੇ ਲੜਨ ਵਾਲੇ ਲੋਕ ਨੇ ਨੌਜਵਾਨ ਨੇ ਮਜ਼ਦੂਰ ਨੇ ਮਤਲਬ ਸਮਝ ਲੈ ਕਿਸਾਨ ਨੇ ਸੋਡੇ ਜੱਜ ਤੋਂ ਡਰੀ ਹੈ ਸਰਕਾਰ ਪੂਰੀ ਡਰੀ ਹੋਈ ਹੈ ਪਰ ਇਹਨੂੰ ਡਰਾ ਕੇ ਰੱਖਣਾ ਹਜੇ ਇਹਨੂੰ ਤਾਂ ਮਕਾਉਣਾ ਨਹੀਂ ਹਜੇਗਾ ਡਰੀ ਰਹਿਣ ਦੇ ਉਹਨੂੰ ਕੋਈ ਗੱਲ ਨਹੀਂ ਆਓ ਤੁਸੀਂ ਵੱਧ ਚੜ ਕੇ ਆਓ ਔਰ ਤੇ ਤੁਹਾਡੇ ਕਿਸੇ ਤੇ ਪਮੰਦੀ ਨਹੀਂ ਪਰ ਜੋ ਗੱਲ ਲੀਡਰਸ਼ਿਪ ਕਹੂਗੀ ਗੱਲ ਤੁਸੀਂ ਉਹੀ ਮੰਨਣੀ ਐ ਕੁਝ ਬੰਦੇ ਢਕਾਉ ਬਿਆਨ ਦੇ ਦਿੰਦੇ ਨੇ ਵੀ ਇਹ ਅਧੂਰ ਨੂੰ ਛੇਤੀ ਨਿਵੇਂੜ ਦਈਏ ਕੁ ਸਾਥੀ ਦਾ ਇਹ ਕਹਿੰਦੇ ਦੀ 8 ਦਿਨਾਂ ਜਮੇ ਨਬੜ ਨਹੀਂ 8 ਦਿਨਾਂ ਨਿਵੇਂੜ ਦਾਂਦੇ ਅਸੀਂ ਆਪ ਦਾ ਵੱਧ ਨੁਕਸਾਨ ਕਰਾ ਕੇ ਵਗ ਜਾਂਦੇ ਤੇ ਮੰਗਾ ਸਾਡੀਆਂ ਇੱਥੀ ਰਹਿ ਜਾਂਦੀਆਂ ਹੁਣ ਵੀ ਮੇਰੇ ਕੋਲੇ ਕਈ ਰਏ ਆਉਂਦੀਆਂ ਪ੍ਰਧਾਨ ਜੀ ਫਲਾਨੀ ਮੰਗ ਪਾ ਲੋ ਫਲਾਨੀ ਪਾ ਲੋ ਆਪਣੇ ਤੇ ਪਰਚੇ ਦਰ ਜੋਗ ਤੇ ਪਰਵਲ ਬਿਲਕੁਲ ਨਹੀਂ ਪਹਿਲਾਂ ਸਾਡੇ ਤਿੰਨ ਕਾਨੂੰਨ ਸਰਕਾਰ ਰੱਦ ਕਰੇ ਦੋ ਕਾਨੂੰਨ ਸਰਕਾਰ ਮੰਨ ਲਈ ਵੀ ਅਸੀਂ ਵਾਸ ਰਹੇ ਤੇ ਆਗਲਾ ਕਾਨੂੰਨ ਸਰਕਾਰ ਸਰਕਾਰੀ ਖਰੀਦ ਕਾਨੂੰਨ ਬਣਾਵੇ ਭਾਰਤ ਦੇ ਕਿਸਾਨਾਂ ਦੀਆਂ ਜਿੰਨੀਆਂ ਵੀ ਜਨਸਾਂ ਨੇ ਉਹ ਸਰਕਾਰੀ ਰੇਟ ਤੇ ਖਰੀਦਿਆ ਜਾਣ ਗਿਆ ਜਿਹੜਾ ਉਹ ਤੋਂ ਘੱਟ ਰੇਟ ਤੇ ਖਰੀਦੂਆ ਕਪਰਾਹਦ ਹੋ ਜੇ ਜਿਵੇਂ ਸ਼ਰਾਬ ਕੱਢਣ ਦਾ ਅਪਰਾਧ ਹੈ ਫੀਮ ਵੇਚਣ ਦਾ ਅਪਰਾਧ ਹੈ ਜਿਹੜਾ ਉਹ ਤੋਂ ਘੱਟ ਰੇਟ ਤੇ ਜੇ ਰੇਟ ਖਰੀਦੂਆ ਤਾਂ ਸਰਕਾਰ ਕਿਸਾਨ ਉਹਦੇ ਪਰਚਾ ਦਰਜ ਕਰਾਵੇ ਮੇਰੀ ਫਸਲ ਘੱਟ ਖਰੀਦ ਲਈ ਇਸ ਕਰਕੇ ਮੈਂ ਦੁਬਾਰਾ ਫੇਰ ਭਾਰਤ ਦੇ ਲੋਕਾਂ ਨੂੰ ਭਾਰਤ ਖਾਸ ਕਰਕੇ ਨੌਜਵਾਨਾਂ ਨੂੰ ਬੜੀਆਂ ਸੀ ਰੋਸ ਰੋਡੀਆਂ ਵੀਡੀਓ ਦੇਜਾ ਸਾਡਾ ਵੀ ਜਜ਼ਬਾ ਉੱਚਾ ਹੁੰਦਾ ਕੋਈ ਨੀਮਾ ਨਹੀਂ ਹੁੰਦਾ ਵੀ ਤੁਸੀਂ ਵੱਡੇ ਵੱਡੇ ਟਰੈਕਟਰ ਤਿਆਰ ਕਰਾ ਲੈ ਕਰਾਓ ਠੀਕ ਹੈ ਹੱਕ ਮੰਗਦਾ ਆਓ ਦਿੱਲੀ ਦਿਖਾਵਾਂਗੇ ਜ਼ਰੂਰੀ ਆ ਵੀ ਇਹਨੂੰ ਲਾਜ਼ਮੀ ਇਹਨੂੰ ਦਿਖਾ ਕੇ ਜਾਣਾ ਹੈ ਲੰਮੀ ਲੜਾਈ ਆ ਲੰਮੀ ਲੜਾਈ ਦੇ ਵਿੱਚ ਜਿੱਤਾਂਗੇ ਆਪਾਂ ਮੈਂ ਸੋਨਾ ਵਸ਼ਵਾਤ ਬੋਣਾ ਸਾਨੂੰ ਨੂੰ ਲੀਡਰਸ਼ਿਪ ਵੱਲੋਂ ਸਾਰੇ ਲੋਕਾਂ ਨੂੰ ਵੀ ਆਪਾਂ ਹਮੇਸ਼ਾ ਅਧੋਲਣ ਜਿੱਤ ਕੇ ਜਾਵਾਂਗੇ ਦਿਲ ਪਰ ਅਸੀਂ ਪਿੱਛੇ ਨਹੀਂ ਹਟੇ ਇੱਕ ਜੱਦੇ ਨੇ ਆ ਕੇ ਬੈਠਿਆ ਇੱਥੇ ਸਰਕਾਰ ਪਿੱਛੇ ਹਟਈ ਹੈ ਸਰਕਾਰ ਨੇ ਕਿਹਾ ਤੁਸੀਂ ਪਰਾਲੀ ਨੂੰ ਅੱਗ ਲਾ ਲਿਓ ਕੋਈ ਦਿੱਕਾ ਨਹੀਂ ਅਸੀਂ ਇਹ ਕਾਨੂੰਨ ਖਾਰਜ ਕਰਤਾ ਸਾਨੂੰ ਬਾਦਤ ਬਿਜਲੀ ਸਬਸਿਡੀਆਂ ਜੋਕਰ ਮਿਲੂ ਅਸੀਂ ਬਿਜਲੀ ਐਕਟ ਲਾਗੂ ਨਹੀਂ ਕਰਦੇ ਜਿਹੜਾ 2020 ਵਾਲਾ ਸਰਕਾਰ ਪਿੱਛੇ ਹਟ ਗਿਆ ਅਸੀਂ ਕਸੂਤ ਨਹੀਂ ਪਿੱਛੇਟੇ ਤੇ ਨਾ ਹੀ ਹਟਣਾਗਾ ਪਰ ਮੇਰੀ ਦੁਵਾਰਾ ਫੇਰ ਨੌਜਵਾਨਾਂ ਨੂੰ ਬੇਨਤੀ ਹੈ ਆਓ ਬਣ ਕੇ ਸ਼ਿੰਗਾਰ ਕੇ ਆਓ ਪੂਰੀ ਚੜਾਈ ਨਾਲ ਆਓ ਸਰਕਾਰ ਨੂੰ ਇਹ ਪਤਾ ਲੱਗ ਜਵੇ ਕੀ ਬੰਦਿਆ ਪਰ ਇੱਥੇ ਬਾਰਡਰ ਤੇ ਆ ਕੇ ਜੋ ਮਤਲ ਲੀਡਰਸ਼ਿਪ ਕਹੂਗੀ ਜੋ ਛੋਡੇ ਆਗੂ ਕਹਿਣਗੇ ਉਹ ਗੱਲ ਤੇ ਜਿਹੜਾ ਬੰਦਾ ਫੁੱਲ ਚੜਾਊਗਾ ਲੀਡਰ ਕੌਣ ਆ ਤੁਹਾਡਾ ਐ ਸਵਾਗਤ ਮੈਂ ਦੂਜੀਆਂ ਸੰਸਥਾਵਾਂ ਨੂੰ ਕਹਿਣਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੀਆਂ ਵੀ ਸੰਸਥਾਵਾਂ ਮਾਦਦੇ ਵਿੱਚ ਕਰਨ ਆਈਆਂ ਪਰ ਉਹ ਇਸ ਕੋਲ ਦੀ ਗਵਾਈ ਨਹੀਂ ਕਰਦੀਆਂ ਕੋਲ ਦੀ ਗਵਾਈ ਕਰਦੀਆਂ ਪੰਜਾਬ ਦੀਆਂ ਜੇ ਕਹ ਜੀ 35 ਜਥੇਬੰਦੀਆਂ ਤੇ ਜਿਹੜੀਆਂ ਦੂਜੀਆਂ ਜਥੇਬੰਦੀਆਂ 500 ਜਥੇਬੰਦੀ ਦੇ ਆਗੂ ਉਹ ਕਵਾਈ ਕਰਦੇ ਨੇ ਜਿਹੜੇ ਨੇ ਕਿ ਪਹਿਲ ਮਾਹਰ ਨਹੀਂ ਸਤਾਵਾ ਆ ਕੇ ਉਹ ਇੱਥੇ ਭੜਕਾਊ ਬਿਆਨ ਦੇਣਾ ਉਹ ਆ ਕੇ ਸਾਡੇ ਅंदोलਨ ਨੂੰ ਮਤਲ ਖਰਾਬ ਕਰਨ ਇਹ ਉਹਨਾਂ ਨੂੰ ਨਹੀਂ ਚਾਹੀਦਾ ਜੋ ਸਾਨੂੰ ਕਿਸਾਨ ਲੀਡਰ ਕਹਿਣਗੇ ਉਹੀ ਗੱਲ ਹੈ ਜੇ ਸਾਡੇ ਜੋ ਵੀ ਹੁਣ ਵੀ ਇਹੀ ਕਹਿੰਦਾ ਜੇ ਕਿਸਾਨ ਲੀਡਰ ਕੋਈ ਭੜਕਾਊ ਬਿਆਨ ਦਿੰਦਾ ਹੈ ਉਹ ਤੋਂ ਵੀ ਅਸੀਂ ਕਹਿੰਦਾ ਨਹੀਂ ਹਜੇ ਭੜਕਾਊ ਬਿਆਨ ਦੇਣਾ ਮੈਂ ਕਹਾਂ ਤੁਸੀਂ ਡਰ ਰੱਖੋ ਪੂਰਾ ਆਪਦੇ ਜਜਵਾ ਰੱਖੋ ਬਿਲਕੁਲ ਛੋਟਾ ਪੈਦਾ ਕਰਦਾਗਾ ਜੇ ਸਰਕਾਰ ਨਾ ਮੰਨੀ ਖੀਰ ਤੇ ਜਦੋਂ ਸੀ ਚਾਚਾ ਜੀ ਸਿੰਘ ਆਲਾ ਸਮਾਂ ਲਗਾ ਲਿਆ ਸਾਡੇ ਗੁਰੂ ਕੰ ਦੀ ਗੱਲ ਮੰਨ ਕੇ ਉਹਨਾਂ ਚਿਰ ਲਗਾ ਲਿਆ ਬਾਅ ਕਹੇ ਜਿਹੜੀ ਗੱਲ ਛੋਟੇ ਦਿਲ ਦੇ ਵਿੱਚ ਹੈ ਛੋਟੇ ਦਿਮਾਗ ਦੇ ਵਿੱਚ ਹੈ ਦਿੱਲੀ ਦੀ ਸਰਕਾਰ ਸੁਣ ਲੈ ਅਸੀਂ ਸਾਡੇ ਨੌਜਵਾਨਾਂ ਨਾਲ ਗੱਲ ਕਰਕੇ ਜਾਵਾਂਗੇ ਨਹੀਂ ਉਸ ਤੋਂ ਪਹਿਲਾਂ ਮੰਨ ਮੰਨ ਜਾਜਾ 26 ਤਰੀਕ ਸਾਡਾ ਇਤਿਹਾਸ ਹੈ ਸਾਡੇ ਭਾਰਤ ਦਾ ਇਤਿਹਾਸ ਹੈ ਉਹਨੂੰ ਅਸੀਂ ਅਮਨ ਦੇ ਨਾਲ ਸ਼ਾਂਤੀ ਦੇ ਨਾਲ ਉਹ ਦਿਨ ਮਨਾਉਣਾ ਹੈ ਇਹੀ ਮੈਂ ਬੇਨਤੀ ਕਰਨੀ ਚਾਹਣਾ ਭਾਰਤ ਦੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਜੁਪੀ ਦੇ ਨੌਜਵਾਨਾਂ ਨੂੰ ਹਰਿਆਣੇ ਦੇ ਨੌਜਵਾਨਾਂ ਨੂੰ ਜਿੰਨੇ ਵੀ ਨੌਜਵਾਨ ਨੇ ਉਹਨਾਂ ਬੇਨਤੀਆਂ 26 ਤਰੀਕ ਆ ਜਿਹੜੀ ਉਸ ਸ਼ਾਂਤੀਪੂਰ ਰੱਖਣੀ ਹੈ ਲੜਾਂਗੇ ਜੱਟ ਕੇ ਲੜਾਂਗੇ ਮੰਗਾ ਮਨਾਵਾਂਗੇ ਆਖਰੀ ਦਮ ਤੱਕ ਲੜਾਂਗੇ ਇਨਾਂ ਸੋਡਾ ਸਾਰਿਆਂ ਦਾ ਧੰਨਵਾਦ